ਦੋਸਤੋ 12th ਪਾਸ ਕਰਨ ਤੋਂ ਬਾਅਦ ਇੱਕ ਤੁਹਾਡੇ ਕੋਲ ਵਧੀਆ ਫਿਊਚਰ ਸਕੋਪ ਹੈ ਕਿ ਤੁਸੀਂ ਰੇਲਵੇ ਵਿੱਚ ਟਿਕਟ ਚੈੱਕਰ ਹੁੰਦਾ ਜੋ TC ਹੁੰਦਾ ਉਹ ਬਣ ਸਕਦੇ ਹੋ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਟਿਕਟ ਚੈੱਕਰ ਬਣਨ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਹੈ ਅਤੇ ਕਿਸ ਟਾਈਪ ਦਾ ਐਗਜ਼ਾਮ ਹੁੰਦਾ ਹੈ, ਸਿਲੇਬਸ ਕੀ ਹੁੰਦਾ ਉਸ ਐਗਜ਼ਾਮ ਦਾ ਅਤੇ ਜੋ TC ਦੀ ਉਹਦੀ ਸੈਲਰੀ ਕਿੰਨੀ ਹੁੰਦੀ ਹੈ। ਉਹ ਦੋਸਤੋ ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਅਤੇ ਸਭ ਤੋਂ ਪਹਿਲਾਂ ਆਪਾਂ ਇੱਕ ਗੱਲ ਕਲੀਅਰ ਕਰ ਲੈਂਦੇ ਕਿ ਟਿਕਟ ਕਲੈਕਟਰ ਆਖਿਰ ਹੁੰਦਾ ਹੀ ਹੈ। ਦੋਸਤੋ ਰੇਲਵੇ ਵਿੱਚ ਦੋ ਤਰ੍ਹਾਂ ਦੇ TC ਹੁੰਦੇ ਨੇ, ਇੱਕ ਤਾਂ ਜਿਹਨੂੰ TC ਕਹਿੰਦੇ ਨੇ ਆਪਾਂ, ਇੱਕ TTE ਹੁੰਦਾ। TC ਦਾ ਕੰਮ ਦੋਸਤੋ ਜਿਹੜੇ ਪਲੈਟਫਾਰਮ ਉੱਤੇ ਤੁਸੀਂ ਦੇਖਿਆ ਹੋਇਆ ਕਿ ਪਲੈਟਫਾਰਮ ਉੱਤੇ ਜੋ ਟਿਕਟ ਚੈੱਕ ਕਰ ਰਿਹਾ ਉਸਨੂੰ TC ਕਿਹਾ ਜਾਂਦਾ ਹੈ, ਅਤੇ TTE ਦੀ ਗੱਲ ਕਰੀਏ ਜੋ ਟ੍ਰੇਨ ਚੱਲਦੀ ਦੌਰਾਨ ਜੋ ਟਿਕਟ ਚੈੱਕ ਕਰਦਾ ਉਸਨੂੰ TTE ਕਿਹਾ ਜਾਂਦਾ। ਅਤੇ ਦੋਨਾਂ ਦੀ ਸੈਲਰੀ ਲਗਭਗ ਇੱਕੋ ਤਰ੍ਹਾਂ ਦੀ ਹੁੰਦੀ ਹੈ ਅਤੇ ਜੋ ਜੋਬ ਵੀ ਇੱਕੋ ਤਰ੍ਹਾਂ ਦੀ ਮੰਨੀ ਜਾਂਦੀ ਹੈ। ਇਲੀਜੀਬਿਲਟੀ ਦੀ ਗੱਲ ਕਰੀਏ ਦੋਸਤੋ, ਜੇ ਤੁਸੀਂ 12th ਪਾਸ ਹੋ ਮਿਨੀਮਮ 50% ਨੰਬਰ ਨਾਲ ਤਾਂ ਤੁਸੀਂ ਇਹ ਜੋਬ ਦੇ ਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ। ਤੁਸੀਂ 12th ਪਾਸ ਚਾਹੇ ਆਰਟਸ 'ਚ ਕੀਤੀ ਹੈ, ਚਾਹੇ ਸਾਇੰਸ 'ਚ, ਚਾਹੇ ਕਮਰਸ 'ਚ ਕੀਤੀ ਹੈ, ਕੋਈ ਮਾਇਨੇ ਨਹੀਂ ਰੱਖਦਾ। ਬਸ ਤੁਹਾਡੀ 12th ਪਾਸ 50% ਨੰਬਰਾਂ ਨਾਲ ਹੋਣੀ ਚਾਹੀਦੀ ਹੈ ਅਤੇ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਦੋਸਤੋ ਆਪਾਂ ਨੂੰ ਇੱਕ ਦਿਨ ਦਾ 1 GB ਜਾਂ 1.5 GB ਜਿਹੜਾ ਇੰਟਰਨੈਟ ਮਿਲਦਾ ਹੈ ਅਤੇ ਆਪਾਂ ਉਹ ਪੂਰਾ ਯੂਜ਼ ਨਹੀਂ ਕਰ ਪਾਉਂਦੇ। ਉਸ ਵਿੱਚੋਂ ਆਪਾਂ 500 MB ਜਾਂ 600 ਜਾਂ 700 MB ਹੀ ਯੂਜ਼ ਕਰਦੇ ਹਾਂ ਅਤੇ ਜਿਹੜਾ ਬਾਕੀ ਬਚਿਆ ਹੋਇਆ ਡਾਟਾ ਹੁੰਦਾ ਉਹ ਵੇਸਟ ਹੋ ਜਾਂਦਾ। ਹੁਣ ਦੋਸਤੋ ਤੁਸੀਂ ਉਸ ਬਾਕੀ ਬਚੇ ਹੋਏ ਡੇਟੇ ਨੂੰ ਵੇਚ ਸਕਦੇ ਹੋ ਅਤੇ ਚੰਗੀ ਅਰਨਿੰਗ ਕਰ ਸਕਦੇ ਹੋ। ਦੋਸਤੋ ਜੇ ਤੁਸੀਂ 1 GB ਡੇਟਾ ਵੇਚਦੇ ਹੋ ਤਾਂ ਤੁਹਾਨੂੰ$3 ਦੀ ਜਿਹੜੀ ਅਰਨਿੰਗ ਹੁੰਦੀ ਹੈ। ਜੇ ਤੁਸੀਂ ਵੀ ਆਪਣਾ ਫਾਲਤੂ ਦਾ ਡੇਟਾ ਜਿਹੜਾ ਵੇਸਟ ਹੁੰਦਾ ਉਹ ਵੇਚਣਾ ਚਾਹੁੰਦੇ ਹੋ ਤਾਂ ਪ੍ਰਾਈਵੇਟ ਨੇ ਤੁਹਾਨੂੰ ਇੱਕ ਵੀਡੀਓ ਸ਼ੋਅ ਕਰ ਰਿਹਾ, ਜਾਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਇੱਕ ਵੀਡੀਓ ਮਿਲ ਜਾਵੇ ਜਿਸ 'ਤੇ ਕਲਿੱਕ ਕਰਕੇ ਪੂਰੀ ਡਿਟੇਲ ਵਿੱਚ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਤੇ ਚੰਗੀ ਅਰਨਿੰਗ ਕਰ ਸਕਦੇ ਹੋ। ਇਸ ਪੋਸਟ ਲਈ ਜਿਹੜੀ ਏਜ ਲਿਮਿਟ ਰੱਖੀ ਗਈ ਉਹ 18 ਤੋਂ 25 ਸਾਲ ਹੈ, ਬਟ SC ST ਨੂੰ 5 ਸਾਲ ਦੀ ਏਜ ਰਿਲੈਕਸ਼ਨ ਮਿਲ ਜਾਂਦੀ ਹੈ ਕੋਟੇ ਦੇ ਤਹਿਤ। TC ਦੀ ਪੋਸਟ ਵਾਸਤੇ ਆਪਾਂ ਅਪਲਾਈ ਕਿਵੇਂ ਕਰ ਸਕਦੇ? ਦੋਸਤੋ ਹਰ ਸਾਲ ਮਾਰਚ ਵਿੱਚ ਬਹੁਤ ਸਾਰੀਆਂ ਪੋਸਟਾਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਅਤੇ ਇਹ ਪੋਸਟਾਂ ਜਿਹੜੀ RBV ਰੇਲਵੇ ਰਿਕਰੂਟਮੈਂਟ ਬੋਰਡ ਦੁਆਰਾ ਅਨਾਊਂਸ ਕੀਤੀ ਜਾਂਦੀ ਹੈ ਅਤੇ ਇਸ ਦਾ ਜਿਹੜਾ ਐਗਜ਼ਾਮ ਹੁੰਦਾ ਜਿਹੜਾ ਕਿ ਕੰਪਿਊਟਰ ਬੇਸ ਟੈਸਟ ਹੁੰਦਾ ਹੈ। ਪਿਛਲੇ ਸਾਲ ਮਾਰਚ ਵਿੱਚ 18,000 ਪੋਸਟਾਂ ਟੋਟਲ ਰੇਲਵੇ TC ਦੀ ਅਨਾਊਂਸਮੈਂਟ ਹੋਈਆਂ ਸਨ ਅਤੇ ਕਾਫੀ ਬੱਚਿਆਂ ਨੇ ਇਹ ਪੋਸਟ ਅਪਲਾਈ ਕੀਤੀ ਸੀ। ਪੋਸਟ ਫਿਲ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ CBT ਟੈਸਟ ਹੁੰਦਾ, ਕੰਪਿਊਟਰ ਬੇਸਡ ਟੈਸਟ ਹੁੰਦਾ। ਦੋਸਤੋ ਇਸ ਵਿੱਚ ਇੱਕ ਕੁਐਸਚਨ ਦੇ 4 ਆਪਸ਼ਨ ਦਿੱਤੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਸਹੀ 'ਤੇ ਟਿੱਕ ਮਾਰ ਲਗਾਉਣੀ ਹੁੰਦੀ ਹੈ। ਜੇ ਤੁਸੀਂ ਇਹ ਐਗਜ਼ਾਮ ਕਲੀਅਰ ਕਰ ਲੈਂਦੇ ਹੋ ਇਸ ਤੋਂ ਬਾਅਦ ਇੰਟਰਵਿਊ ਦੀ ਵਾਰੀ ਆਉਂਦੀ ਹੈ ਅਤੇ ਇਹ ਇੰਟਰਵਿਊ ਵੀ ਕੁਆਲੀਫਾਈ ਕਰਨਾ ਜ਼ਰੂਰੀ ਹੁੰਦਾ ਹੈ। ਅਤੇ ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਡਾਕੂਮੈਂਟ ਵੈਰੀਫਿਕੇਸ਼ਨ ਹੁੰਦਾ ਅਤੇ ਇਸ ਤੋਂ ਬਾਅਦ ਤੁਹਾਡੇ ਕੋਲ ਮੈਡੀਕਲ ਟੈਸਟ ਹੁੰਦਾ ਹੈ। ਮੈਡੀਕਲ ਟੈਸਟ ਕਲੀਅਰ ਹੋਣ ਤੋਂ ਬਾਅਦ ਤੁਹਾਡੀ ਜਿਹੜੀ ਜੁਆਇਨਿੰਗ ਲੈਟਰ ਤੁਹਾਡੇ ਘਰ ਆ ਜਾਂਦਾ ਹੈ ਅਤੇ ਤੁਹਾਡੀ ਜੁਆਇਨਿੰਗ ਜਿਹੜੀ ਇਸ ਜੋਬ ਲਈ ਹੋ ਜਾਂਦੀ ਹੈ। ਦੋਸਤੋ ਐਗਜ਼ਾਮ ਸਿਲੇਬਸ ਦੀ ਗੱਲ ਕਰੀਏ ਤਾਂ ਜਨਰਲ ਅਵੇਅਰਨੈਂਸ, ਰੀਜ਼ਨਿੰਗ, ਜਨਰਲ ਇੰਟੈਲੀਜੈਂਸ ਅਤੇ ਮੈਥ ਰਿਲੇਟਡ ਇਸ ਵਿੱਚ ਕੁਐਸਚਨ ਪੁੱਛੇ ਜਾਂਦੇ। ਦੋਸਤੋ ਇੱਕ ਕੁਐਸਚਨ ਦੇ 4 ਆਪਸ਼ਨ ਤੁਹਾਨੂੰ ਦਿੱਤੇ ਹੁੰਦੇ ਜਿਵੇਂ ਕੌਣ ਬਣੇਗਾ ਕਰੋੜਪਤੀ ਵਿੱਚ ਦਿੱਤੇ ਹੁੰਦੇ ਨੇ, ਤੁਹਾਨੂੰ ਸਹੀ ਜਵਾਬ ਉੱਪਰ ਟਿੱਕ ਮਾਰ ਲਗਾ ਕੇ ਨੈਕਸਟ ਅਤੇ ਨੈਕਸਟ ਕੁਐਸਚਨ ਉੱਪਰ ਜਾਣਾ ਹੁੰਦਾ। ਉਹ ਤਾਂ ਨੋਰਮਲ ਜਿਹਾ ਸਿਲੇਬਸ ਹੈ। ਜੇ ਨੈਕਸਟ ਵੀਡੀਓ ਇੱਕ ਵੀਡੀਓ ਹੋਰ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦਿਆਂ ਜਿਸ ਵਿੱਚ ਸਾਰੇ ਟੋਪਿਕ ਰਿਲੇਟਡ ਤੁਹਾਨੂੰ ਇਹ ਕਵਰ ਕਰਨ ਲਈ ਜਿਹੜਾ ਸਿਲੇਬਸ ਹੈ ਉਹ ਪ੍ਰੋਵਾਈਡ ਹੋ ਜਾਵੇਗਾ। ਉਹ ਦੱਸੋ ਜੇ ਵੀਡੀਓ ਬੈਨੀਫਿਸ਼ਲ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ। ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।